ਲਾਕਡਾਊਨ ਦੇ ਚਲਦਿਆਂ ਲੁਧਿਆਣਾ ਵਿੱਚ ਫਸੇ ਕਸ਼ਮੀਰੀ ਕਾਮੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਨੂੰ ਮਿਲੇ। ਉਹਨਾਂ ਨੇ ਵਾਪਸ ਜੰਮੂ ਕਸ਼ਮੀਰ ਜਾਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਖਾਣ ਨੂੰ ਰਾਸ਼ਨ ਨਹੀਂ ਹੈ ਅਤੇ ਇੱਕ ਇੱਕ ਕਮਰੇ ਦੇ ਵਿੱਚ ਨੌ ਨੌ ਲੋਕ ਰਹਿ ਰਹੇ ਹਨ ਅਤੇ ਹਾਲਾਤ ਕਾਫੀ ਖਰਾਬ ਹਨ। ਸਰ ਅਬ ਹਮ ਯਹਾਂ ਪਿਛਲੇ 7 ਮਹੀਨੇ ਸੇ ਕੁਛ ਕਾਮ ਕਰ ਰਹੇ ਸਨ। 230 ਆਦਮੀ ਕੀ ਤਾਦਾਦ ਹੈ ਹਮਾਰੀ, ਜਿਸਮੇ ਲੇਡੀਜ਼ ਔਰ ਬੱਚੇ ਵੀ ਔਰ ਸਟੂਡੈਂਟ ਵੀ ਹੈ। ਅਬ ਹਮ ਜਬ ਸੇ ਲਾਕਡਾਊਨ 20 ਤਾਰੀਖ ਸੇ ਹੋ ਗਿਆ, 22 ਤਾਰੀਖ ਸੇ ਤਬ ਸੇ ਹਮ ਅੰਦਰ ਅੰਦਰ ਬੈਠੇ ਹੈ। ਅਬ ਹਮ 1.5 ਮਹੀਨੇ ਸੇ ਤੰਗ ਆ ਚੁੱਕੇ, ਅਬ ਹਮਾਰਾ ਰਮਜ਼ਾਨ ਕਾ ਮਹੀਨਾ ਵੀ ਆ ਰਹਾ ਹੈ, ਚੱਲ ਰਹਾ ਹੈ। ਅਬ ਘਰ ਜਾਣਾ ਚਾਹਤੇ ਹੈ, ਹਮ ਰੀਸ ਸਾਹਿਬ ਸੇ ਗੁਜ਼ਾਰਿਸ਼ ਕਰਤੇ ਕਿ ਹਮੇ ਪਰਮਿਸ਼ਨ ਦੇ ਦੀਜੀਏ ਔਰ ਥੋੜ੍ਹਾ ਗਾੜੀਓਂ ਕਾ ਬੰਦੋਬਸਤ ਕੀਜੀਏ, ਲਖਨਪੁਰ ਤੱਕ ਹਮ ਘਰ ਜਾਣਾ ਚਾਹਤੇ ਹੈ। ਦਿੱਕਤ ਤੋ ਹਮੇ ਰਮਜ਼ਾਨ ਕਾ ਮਹੀਨਾ ਹੈ, ਗਰਮੀ ਹੈ। ਅਬ ਹਮੇ 7 ਮਹੀਨੋ ਸੇ ਅਬ ਹਮ ਹਰ ਇੱਕ ਇਨਸਾਨ ਘਰ ਜਾਣਾ ਚਾਹਤਾ ਹੈ 7 ਮਹੀਨੇ ਕੇ ਬਾਅਦ, ਕਿਉਂਕਿ ਯੇ ਮਹਾਮਾਰੀ ਕਾ ਮਹੀਨਾ, ਚਾਹੇ ਸਾਰਾ ਮੁਲਕ ਕੀ ਹਾਲਾਤ ਖਰਾਬ ਹੈ, ਯੇ ਦਿਨ ਬੇ ਦਿਨ ਬੜਤਾ ਜਾ ਰਹਾ ਹੈ, ਕਮ ਹੋਤਾ ਨਹੀਂ ਜਾ ਰਹਾ ਹੈ। ਇਸ ਲਈ ਹਮ ਅਬ ਘਰ ਜਾਣਾ ਚਾਹਤੇ ਹੈ। ਜੋ ਇਨਕੇ ਪਾਸ ਫਾਰਮੈਲਿਟੀ ਹੈ ਵੋ ਹਮੇ ਕੀਜੀਏ, ਚਾਹੇ ਟੈਸਟ ਹੈ, ਜੋ ਕੁਝ ਹੈ, ਕੁਆਰੰਟਾਈਨ ਹੈ, ਵੋ ਹਮ ਸਭ ਮਤਲਬ ਤਸਲੀਮ ਕਰ ਰਹੇ ਹੈ। ਇਸ ਵਕਤ ਸਰ ਕਿਆ ਹਮ 230 ਆਦਮੀ ਲੁਧਿਆਣਾ ਮੇ ਕਾਮ ਕਰ ਰਹੇ ਹੈ ਜੀ। ਜੀ ਹਮ ਨੀ ਵਾਲੇ ਚੌਕ ਮੇ ਰਹਿ ਰਹੇ ਹੈ, ਕੁਝ ਬਸ ਸਟੈਂਡ ਰਹਿ ਰਹੇ ਹੈ, ਕੁਝ ਇਕਬਾਲਗੰਜ ਮੇ ਰਹਿ ਰਹੇ ਹੈ, ਲੇਕਿਨ ਲੇਤੇ ਹੈ ਪ੍ਰੋਪਰ ਲੁਧਿਆਣਾ ਮੇ ਹੀ ਸਭ। ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਸ਼ਹਿਰ ਵਿੱਚ ਕਸ਼ਮੀਰੀ ਹਨ, ਜਿਸ ਕਰਕੇ ਜੰਮੂ ਕਸ਼ਮੀਰ ਅਥਾਰਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਕਿਉਂਕਿ ਜੇ ਐਂਡ ਕੇ ਦਾ ਬਾਰਡਰ ਸੀਲ ਹੈ। ਜਦੋਂ ਇਜਾਜ਼ਤ ਮਿਲੇਗੀ ਉਹਨਾਂ ਦਾ ਮੈਡੀਕਲ ਕਰਵਾ ਕੇ NOC ਲੈ ਕੇ ਇੱਥੋਂ ਭੇਜਿਆ ਜਾਵੇਗਾ। ਕਾਫੀ ਸਾਰੇ ਕਸ਼ਮੀਰੀ ਲੋਕ ਹੈ ਜੋ ਕਿ ਲੁਧਿਆਣਾ ਮੈਂ ਰਹਿ ਰਹੇ ਹੈ, ਤੋ ਉਹਨੇ ਅਭੀ ਪ੍ਰਸ਼ਾਸਨ ਕੋ ਪੂਛਾ ਹੈ ਕਿ ਅਰੇਂਜਮੈਂਟ ਉਨਕੇ ਬਾਹਰ ਜਾਣੇ ਕਾ ਕੀਆ ਜਾਏ, ਕਿਉਂਕਿ JNK ਕਾ ਜੋ ਬਾਰਡਰ ਹੈ ਵੋ ਸੀਲ ਹੁਆ ਹੁਆ ਹੈ। ਇਸ ਲਈ ਹਮ ਲੋਕ ਵਹਾਂ ਕੇ ਜੋ ਅਥਾਰਟੀਜ਼ ਹੈ ਜਿਸ ਡਿਸਟ੍ਰਿਕਟ ਮੈਂ ਜਾਣਾ ਚਾਹਤੇ ਹੈ, ਵਹਾਂ ਕੇ ਡਿਪਟੀ ਕਮਿਸ਼ਨਰਸ ਕੋ ਪੂਛ ਰਹੇ ਹੈ, ਅਗਰ ਉਨਕੋ ਕੋਈ ਆਪੱਤੀ ਨਹੀਂ ਹੋਗੀ ਤੋ ਯਹਾਂ ਪੇ ਮੈਡੀਕਲ ਕਰਵਾ ਕੇ ਹਮ ਲੋਕ ਫਿਰ ਇਨਕੋ ਭੇਜਨੇ ਕਾ ਅਰੇਂਜਮੈਂਟ ਕਰੇਂਗੇ, ਔਰ NOC ਕੇ ਬਾਅਦ ਮੈਂ ਇਨਕੀ ਜੋ ਆਗੇ ਕੀ ਪ੍ਰਕਿਰਿਆ ਹੈ ਵੋ ਕੀ ਜਾਏਗੀ। ਹਾਂ, ਜਿਸ ਵੀ ਕੁਛ ਔਰ ਡਿਸਟ੍ਰਿਕਟਸ ਕੇ ਵੀ ਹੈ, ਕਾਫੀ ਕੁਬਾੜਾ ਕੇ ਡਿਸਟ੍ਰਿਕਟ ਕੇ ਵੀ ਹੈ, ਤੋ ਇਨਕੀ ਸਹੂਲਤ ਕਾ ਧਿਆਨ ਮੇ ਰੱਖਤੇ ਹੋਏ ਜਲਦੀ ਹੀ ਇਸਮੇ JNK ਐਡਮਿਨਿਸਟ੍ਰੇਸ਼ਨ ਕੇ ਸਾਥ ਬਾਤ ਕਰਕੇ ਇਸ ਮੁੱਦੇ ਕਾ ਹੱਲ ਨਿਕਾਲਾ ਜਾਏਗਾ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।